ਪੰਜਾਬ ਐਂਡ ਸਿੰਧ ਬੈਂਕ ਦੇ ਨੋਇਡਾ ਜ਼ੋਨਲ ਦਫ਼ਤਰ ਦਾ ਨੋਇਡਾ ਦੇ ਸੈਕਟਰ 63 ਵਿੱਚ ਉਦਘਾਟਨ ਕੀਤਾ ਗਿਆ। ਇਹ ਪੰਜਾਬ ਐਂਡ ਸਿੰਧ ਬੈਂਕ ਦਾ ਨਵਾਂ ਜ਼ੋਨ ਹੈ। ਇਸ ਸਮਾਗਮ ਦੌਰਾਨ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਬੀਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਰਿਬਨ ਕੱਟ ਕੇ ਦਫ਼ਤਰ ਦਾ ਉਦਘਾਟਨ ਕੀਤਾ। ਸਮਾਗਮ ਦੀ ਸ਼ੁਰੂਆਤ ਵਿੱਚ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਉਹਨਾਂ ਤੋਂ ਇਲਾਵਾ ਪੰਜਾਬ ਐਂਡ ਸਿੰਧ ਬੈਂਕ ਦੀ ਨੋਇਡਾ ਟੀਮ ਦੇ ਕਾਰਜਕਾਰੀ ਨਿਰਦੇਸ਼ਕ ਫਰੀਦ ਅਹਿਮਦ, ਜ਼ੋਨਲ ਮੈਨੇਜਰ ਬਲਦੇਵ ਰਾਜ, ਸੁਭਾਸ਼ ਕਾਵਾਤਰਾ ਸਣੇ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ, ਚੜ੍ਹਦੀ ਕਲਾ ਟਾਈਮ ਟੀਵੀ ਦੇ ਦਿੱਲੀ ਤੋਂ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਵੀ ਮੌਜੂਦ ਰਹੇ। ਇਸ ਮੌਕੇ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਇਸ ਨਵੇਂ ਜ਼ੋਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜਤਿੰਦਰ ਬੀਰ ਸਿੰਘ ਨੇ ਦੱਸਿਆ ਕਿ ਨੋਇਡਾ ਦੀਆਂ ਪੰਜਾਬ ਐਂਡ ਸਿੰਧ ਬੈਂਕ ਦੀਆਂ ਬ੍ਰਾਂਚਾਂ ਪਹਿਲਾਂ ਦੇਹਰਾਦੂਨ ਜ਼ੋਨ ਨਾਲ ਜੁੜੀਆਂ ਹੋਈਆਂ ਸਨ, ਜਿਸ ਤੋਂ ਬਾਅਦ ਲੋਕ ਸੁਵਿਧਾ ਨੂੰ ਮੁੱਖ ਰੱਖਦਿਆਂ ਬੈਂਕ ਵੱਲੋਂ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਵੱਧ ਤੋਂ ਵੱਧ ਲੋਕ ਪੰਜਾਬ ਐਂਡ ਸਿੰਧ ਬੈਂਕ ਦੀਆਂ ਸੇਵਾਵਾਂ ਦਾ ਲਾਭ ਲੈਣਗੇ। ਮੈਂ ਬਹੁਤ ਖੁਸ਼ ਹੂੰ ਕਿ ਆਧੀ ਸਦੀ ਕੀ ਲੰਬੀ ਐਸੋਸੀਏਸ਼ਨ ਮੇਰੀ ਬੈਂਕ ਕੇ ਸਾਥ ਹੈ। 1966 ਮੈਂ ਜਬ ਯੇ ਬੈਂਕ ਕੀ ਓਨਲੀ 13 ਬ੍ਰਾਂਚਿਸ ਥੀ, ਆਈ ਗਾਟ ਐਸੋਸੀਏਸ਼ਨ ਵਿਦ ਦਿਸ ਬੈਂਕ ਬਿਕਾਜ਼ ਆਈ ਵਾਜ਼ ਏ ਸਟੂਡੈਂਟ ਆਫ ਇੰਜੀਨੀਅਰਿੰਗ ਕਾਲਜ ਐਂਡ ਆਈ ਸਟੂਡ ਫਸਟ ਇਨ ਏ ਟ੍ਰੇਨਿੰਗ ਕੈਂਪ ਇਨ ਦਿੱਲੀ ਐਂਡ ਆਨਰੇਬਲ ਡਾਕਟਰ ਇੰਦਰਜੀਤ ਸਿੰਘ ਜੀ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ ਹੀ ਆਨਰਡ ਮੀ ਐਂਡ ਆਫਟਰ ਆਨਰਿੰਗ ਮੀ ਹੀ ਆਸਕ ਮੀ ਟੂ ਸਿਟ ਇਨ ਹਿਸ ਕਾਰ ਐਂਡ ਆਈ ਵੈਂਟ ਟੂ ਐਚ ਬਲਾਕ ਵਿਦ ਹਿਮ। ਐਚ ਬਲਾਕ ਮੈਂ ਮੈਨੇ ਕਿਆ ਦੇਖਾ ਕਿ ਚੇਅਰਮੈਨ ਸਾਹਿਬ ਕੇ ਸਾਥ ਸਰਦਾਰ ਭਾਗ ਸਿੰਘ ਜੀ, ਸਰਦਾਰ ਹਰਭਜਨ ਸਿੰਘ ਜੀ, ਸਰਦਾਰ ਅਵਤਾਰ ਸਿੰਘ ਬੁੱਗਾ ਸਾਰੇ ਇੱਕ ਲਾਈਨ ਮੈਂ ਬੈਠੇ ਹੋਏ ਥੇ ਔਰ ਚੇਅਰਮੈਨ ਸਾਹਿਬ ਨੇ ਕਿਹਾ ਕਿ ਯੇ ਸਟੂਡੈਂਟ ਫਸਟ ਆਇਆ ਕੈਂਪ ਮੈਂ, ਇਸ ਕੋ ਅਪਾਇੰਟਮੈਂਟ ਲੈਟਰ ਦੇ ਦਿਓ। ਬਟ ਆਈ ਗਾਟ ਦੀ ਅਪਾਇੰਟਮੈਂਟ ਲੈਟਰ, ਮਾਈ ਫਾਦਰ ਡਿਡਨਟ ਅਲਾਓ ਮੀ ਟੂ ਜੁਆਇਨ ਦੀ ਬੈਂਕ ਐਂਡ ਸੈਡ ਦੈਟ ਆਈ ਡੋਂਟ ਵਾਂਟ ਯੂ ਟੂ ਬੀ ਕਲਰਕ, ਯੂ ਹੈਵ ਟੂ ਡੂ ਸਮਥਿੰਗ ਮੋਰ। 50 ਸਾਲ ਕੇ ਲੰਬੇ ਸਮੇਂ ਕੇ ਬਾਅਦ ਅੱਜ ਜਬ ਮੈਂ ਆਪਸੇ ਸੰਬੋਧਨ ਹੋ ਰਹਾ ਹੂੰ ਤੋ ਮੈਂ ਇੱਕ ਵਰਲਡ ਕੇ ਸੈਕਿੰਡ ਲਾਰਜੈਸਟ ਟੀ ਵੀ ਚੈਨਲ ਕਾ ਚੇਅਰਮੈਨ ਹੂੰ। ਔਰ ਜੋ 35 ਕਰੋੜ ਸੇ ਜ਼ਿਆਦਾ ਘਰੋਂ ਮੈਂ ਇੰਡੀਆ ਮੈਂ ਅਵੇਲੇਬਲ ਹੈ ਐਂਡ ਨਾਓ ਆਲ ਦੀ ਬਿਗ ਪਲੇਟਫਾਰਮਸ ਇਨ ਦੀ ਵਰਲਡ ਇਨ ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਐਂਡ ਅਰਾਊਂਡ ਦੀ ਗਲੋਬ। ਇਸ ਬੈਂਕ ਕੀ ਜੋ ਸ਼ਾਨਦਾਰ ਕਾਰਗੁਜ਼ਾਰੀ ਹੈ, ਜੋ ਬੈਂਕ ਨੇ 13 ਬ੍ਰਾਂਚੋਂ ਸੇ ਲੇ ਕੇ ਅਭੀ ਤੱਕ ਇਤਨੀ ਤਰੱਕੀ ਕੀ ਹੈ ਔਰ ਜਿਸ ਬੈਂਕ ਕੋ ਇਤਨਾ ਬੜੀਆ ਇਤਨਾ ਪ੍ਰਵੀਨ ਚੇਅਰਮੈਨ ਔਰ MD ਮਿਲਾ ਹੈ ਕਿ ਉਸਨੇ ਆਪਣੀ ਕਾਬਲੀਅਤ ਸੇ, ਆਪਣੀ ਇਮਾਨਦਾਰੀ ਸੇ ਇਸ ਬੈਂਕ ਕੀ ਜੋ ਮਾਰਕੀਟ ਮੈਂ ਜੋ ਇਸਨੇ ਪੈਂਠ ਬਣਾਈ ਹੈ, ਜੋ ਲੋਗੋ ਮੈਂ ਇਹ ਕਾਨਫੀਡੈਂਸ ਕ੍ਰੀਏਟ ਕੀਆ ਹੈ ਕਸਟਮਰਸ ਮੈਂ ਔਰ ਜੋ ਕਸਟਮਰ ਸਰਵਿਸਿਸ ਬੈਂਕ ਨੇ ਐਕਸਟੈਂਡ ਕੀ ਹੈ, ਬਣਾਈ ਹੈ ਔਰ ਜਿਤਨੀ ਬੜੀਆ ਦੀ ਹੈ, ਇਹ ਸਾਰੇ ਬੈਂਕੋਂ ਕੇ ਲੀਏ ਇੱਕ ਮਿਸਾਲ ਵਾਲੀ ਬਾਤ ਹੈ ਔਰ ਮੈਂ ਇਹ ਯਕੀਨ ਕਰ ਸਕਤਾ ਹੂੰ ਕਿ ਜਬ ਇਹ ਦੁਨੀਆ ਕੇ ਲੋਗੋਂ ਕੋ ਪਤਾ ਚਲੇਗਾ ਕਿ ਇਸ ਬੈਂਕ ਕੀ ਇਤਨੀ ਬੜੀਆ ਡੀਲਿੰਗ ਹੈ ਕਿ ਆਪਣੇ ਕਸਟਮਰ ਕੋ ਜ਼ਰੂਰਤ ਪੜਨੇ ਪੇ ਕਭੀ ਵੀ ਪਿੱਛੇ ਨਹੀਂ ਹੋਤਾ, ਆਗੇ ਬੜ ਕੇ ਲੋਗੋਂ ਕੀ ਮਦਦ ਕਰਤਾ ਹੈ, ਲੋਗੋਂ ਕਾ ਬਿਜ਼ਨਸ, ਟ੍ਰੇਡ, ਇੰਡਸਟਰੀ ਜਬ ਵੀ ਉਨਕੋ ਜ਼ਰੂਰਤ ਪੜਤੀ ਹੈ ਬੈਂਕ ਉਨਕੋ ਹਮਦਰਦੀ ਕੇ ਸਾਥ ਆਪਣੇ ਪਰਿਵਾਰ ਕਾ ਮੈਂਬਰ ਟ੍ਰੀਟ ਕਰਕੇ ਉਸਕੀ ਮਦਦ ਕਰਤਾ ਹੈ ਜੈਸੀ ਮੇਰੀ ਮਦਦ ਕੀ ਹੈ। ਇਸੀ ਤਰ੍ਹਾਂ ਯੇ ਬੈਂਕ ਵੀ ਬੜੇ ਫੁਲੇਗਾ, ਯੇ ਦੇਸ਼ ਵੀ ਬੜੇ ਫੁਲੇਗਾ ਔਰ ਜੋ ਹਮਾਰੇ ਪ੍ਰਧਾਨ ਮੰਤਰੀ ਕਾ ਮੈਸੇਜ ਹੈ ਵੋ ਵੀ ਲੋਗੋਂ ਮੈਂ ਠੀਕ ਤਰੀਕੇ ਸੇ ਪਹੁੰਚੇਗਾ ਔਰ ਯੇ ਹਿੰਦੁਸਤਾਨ ਵੀ ਇੱਕ ਜੋ ਗਰੀਬੀ ਗੁਰਬਤ ਸੇ ਨਿਕਲ ਕੇ ਇੱਕ ਡਿਵੈਲਪਡ ਦੇਸ਼ ਜੈਸੇ ਹਮਾਰੇ ਦੁਨੀਆ ਕੇ ਬਾਕੀ ਵਿਕਸਿਤ ਦੇਸ਼ ਹੈ ਉਨਕੇ ਮੁਕਾਬਲੇ ਮੈਂ ਇਹ ਟ੍ਰੇਡ ਔਰ ਇੰਡਸਟਰੀ ਮੈਂ ਆਗੇ ਬੜੇਗਾ ਔਰ ਉਸਮੇ ਪੰਜਾਬ ਐਂਡ ਸਿੰਧ ਬੈਂਕ ਕਾ ਬਹੁਤ ਬੜਾ ਯੋਗਦਾਨ ਹੋਗਾ ਔਰ ਮੈਂ ਆਪਕੋ ਯਕੀਨ ਦਵਾਤਾ ਹੂੰ ਕਿ ਹਮਾਰਾ ਮੀਡੀਆ ਗਰੁੱਪ ਹਮੇਸ਼ਾ ਹਮੇਸ਼ਾ ਬੈਂਕ ਕੀ ਬੜੋਤਰੀ ਕੇ ਲੀਏ, ਬੈਂਕ ਕੀ ਤਰੱਕੀ ਕੇ ਲੀਏ, ਸਟਾਫ ਕੇ ਵੈਲਫੇਅਰ ਕੇ ਲੀਏ ਹਮੇਸ਼ਾ ਹਮੇਸ਼ਾ ਆਪਕੇ ਸਾਥ ਜੋ ਵੀ ਸਹਿਯੋਗ ਬਣੇਗਾ ਕਰਦਾ ਰਹੇਗਾ। ਇਹ ਸਾਡਾ ਨਵਾਂ ਜ਼ੋਨ ਹੈ। ਇਸ ਜ਼ੋਨ ਦੀ ਵਿੱਚ ਬਹੁਤ ਸਾਰੀਆਂ ਬ੍ਰਾਂਚਿਸ ਜਿਹੜੀਆਂ ਪਹਿਲਾਂ ਡੇਹਰਾਡੂਨ ਜ਼ੋਨਲ ਆਫਿਸ ਨਾਲ ਜੋੜੀਆਂ ਸਨ, ਉਹ ਲੋਕਾਂ ਦੀ ਸਹੂਲਤ ਲਈ, ਕਸਟਮਰ ਦੀ ਸੁਵਿਧਾ ਲਈ ਅਸੀਂ ਇਹ ਬੋਰਡ ਨੇ ਫੈਸਲਾ ਲਿਆ ਕਿ ਨੋਇਡਾ ਜ਼ੋਨਲ ਆਫਿਸ ਖੋਲ੍ਹਿਆ ਜਾਏ ਔਰ ਉਹਦੇ ਨਾਲ ਜਿਹੜੀਆਂ ਇੱਥੋਂ ਦੀਆਂ ਨਾਲ ਜ਼ਿਆਦਾ ਬ੍ਰਾਂਚਾਂ ਨੇ ਉਹਨਾਂ ਨੂੰ ਇੱਥੋਂ ਦੇ ਜਿਹੜੇ ਕਸਟਮਰ ਨੇ ਸਾਡੇ ਉਹਨਾਂ ਨੂੰ ਚੰਗੀ ਜਿਹੜੀ ਸਪੋਰਟ ਮਿਲ ਸਕੇ, ਉਹਨਾਂ ਨੂੰ ਚੰਗੀ ਸਰਵਿਸ ਮਿਲ ਸਕੇ, ਉਸ ਉਦੇਸ਼ ਨਾਲ ਇੱਥੇ ਨਵਾਂ ਜ਼ੋਨ ਅੱਜ ਖੋਲ੍ਹਿਆ ਗਿਆ।